Yeah.
सुन वड़ा आखे सब कोई
मनुख की अवस्था अगे नहीं बढ़ती। विचार का ही दूजा नाम सिखिया है। फैसला हो चीज है। इस शब्द विच दो चीजा आमो सामने खड़िया कर दी, इसलिए मर्ज की है शब्दावली। रब प्रति फैसला न करन, वो केड़ा वड्डा है, उनकी शक्ति है।
क्योंकि जे फैसला करना है तो फिर तू उस घेरे में आना है जिनके संबंध में गुरु आखते ने ये वो ऊंचा हो गए इस ऊंचे को जाने सोए रब जेडा हो ही कोई रब न जाने इनका फिर तू अपने आप में रब कहना चाहना है गुरबाणी सवाल जवाब बच्चों ही मिलता है गुरु कहते जिस दिन तू रब नू जानन दा फैसला करना है उस दिन तेरे ते एक शर्त आयद होंगी वो ये कि एवड ऊंचा होवे कोए इस ऊंचे को जाने सोए रब जेड़ा ऊंचा होवे ता रब नू जाने इसलिए कहते ने मैं तेनू ये हक नहीं दिता कि तू रब प्रति कोई फैसला करे क्योंकि फैसला उनके संबंधी करी जाता है करीद जिनका कोई घेरा गिनती मिनती हो उनकी तो मुढ़ली परिभाषा ही यह है बड़ा मेरा सारी अगम अगोचर अगम जिसका प्रभाव जिसकी गहराई में कोई जान ना सकता हो अगोचर जिंदे तक कोई पहुंच ना पैदा कर सकता हो आद जिंदे तो पहला कोई ना हो निरंजन जेड़ा माया दी कालिक तो रहता है असी सारे माया दी किरत निरंकार जिंदा आकार कोई नहीं और इस किस्म दी जिंदा रूप रेख है उन तू की फैसला देवेगा इसलिए गुरु कहते ने फैसला न दे मैं तेनु ये हक नहीं दिंदा कि रब प्रति तू फैसला देवे रब एहो जिहा है उनकी आ शक्ति है आ सीमा है पर कह लगे एक तेनु हक देना तू भी विचार जरूर करता जा लो विचार विच ते फैसले विच अंतर है हुण इस शब्द नूं जरा उन्हां दो लाइनां नूं दोबारा पढ़ी मनुख की चीज ने जेड़े तेनू समझ सकते तेरे प्रति फैसला सुना दे दस दे के लगे पर जिसनु नजर करे तू अपनी जिंदे ते तू रहमत करे रहमत करे बख्शिश करे ओ गुरमुख गुरु नाल जुड़िया होया गुरु दे राही तेरी विचार जरूर करता है विचार करन दा हक है और जिन्ने स्थान भी बने ने ना जिन्ने जिन्नू असीं सत्संग भी आखने ये सारे विचार ले फैसले लेने इत्थे आपां गुरमत दी विचार करने रब प्रति विचार करने गुरबाणी गुरु प्रति विचार करने सानू विचारन दा हक है बल्कि विचार तो एक ज्ञान का दरवाजा है विचार का दूजा ना ही सवाल है आज के समय अंदर एक बड़ा दुखांत वापर गया तुसी जो इन दिन अंदर जो कभी थोड़ा जहा इंटरेस्ट लो तो पता लग जाएगा
ਕਿ ਇੰਨਾ ਵੱਡਾ ਦੁਖਾਂਤ ਵਾਪਰ ਰਿਹਾ ਇਹਨਾਂ ਲਫਜ਼ਾਂ 'ਤੇ। ਅਸੀਂ ਵਿਚਾਰ ਨੂੰ ਤਿਆਗਣਾ ਚਾਹੁੰਦੇ ਹਾਂ, ਗ੍ਰਹਿ ਪਕੜ ਕਿੰਦੀ ਕਰਨਾ ਚਾਹੁੰਦੇ ਹਾਂ ਸ਼ਰਧਾ, ਕਿਉਂਕਿ ਵਿਚਾਰ ਵਿੱਚ ਤਰਕ ਹੈ। ਵਿਚਾਰ ਦਾ ਆਰੰਭ ਹੀ ਤਰਕ ਤੋਂ ਹੁੰਦਾ ਹੈ। ਹੁਣ ਗੁਰਬਾਣੀ ਸਾਰੀ ਵਿਚਾਰ 'ਤੇ ਖਲੋਤੀ ਹੈ। ਰਾਤ ਵੀ ਬਾਬਾ ਕਬੀਰ ਜੀ ਦੇ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇੱਕ ਤੋਕਾ ਹੀ ਸੀ ਜਿਹਦੇ ਵਿੱਚ ਗੁਰੂ ਨੇ ਇੱਕ ਲਫ਼ਜ਼ ਕਹੇ ਸਨ, ਹੇ ਮੇਰੇ ਮਾਲਿਕ, ਹੇ ਮੇਰੇ ਰੱਬ, ਮੈਂ ਤੇਰੀ ਭਗਤੀ ਕਰਾਂ ਤੇ ਤੂੰ ਮੈਨੂੰ ਤਾਰ ਦੇਵੇਂਗਾ, ਮੈਂ ਤਰ ਜਾਵਾਂਗਾ। ਕਿੰਨੇ ਤੋਂ ਤਰ ਜਾਵਾਂਗਾ ਤੇ ਤਾਰ ਕੇ ਕਿੱਥੇ ਲੈ ਜਾਏਗਾ? ਮੈਂ ਜਾਣਨਾ ਚਾਹੁੰਦਾ ਜਿਹੜੀ ਤੂੰ ਮੈਨੂੰ ਮੁਕਤੀ ਦੇਵੇਂਗਾ ਉਹ ਕਿਹੋ ਜਿਹੀ ਹੋਵੇਗੀ। ਰਾਮ ਰਾਤੁਕ ਸੀ, ਰਾਮ ਮੁਖ ਤਾਰ ਕਹਾਂ ਲਜਈ ਹੈ, ਇਹ ਸਵਾਲ ਹੈ ਨਾ। ਕਰਕੇ ਸ਼ਰਧਾ ਵਾਲਾ ਆਖੇਗਾ ਤੈਨੂੰ ਕੀ ਹੱਕ ਹੈ ਰੱਬ ਦੇ ਸਾਹਮਣੇ ਤੂੰ ਇਹ ਸਵਾਲ ਕਰੇ, ਜਿੱਥੇ ਵੀ ਲੈ ਜਾ। ਸ਼ਰਧਾ ਇੱਕ ਅੱਖ ਦਰਵਾਜ਼ਾ ਬੰਦ ਕਰਦੀ, ਅੱਖਾਂ ਦਾ ਉਹ ਪੁੱਛਣ ਦਾ ਹੱਕ, ਜਾਣਨ ਦਾ ਹੱਕ ਨਹੀਂ ਦਿੰਦੀ। ਅੱਖਾਂ ਬੰਦ ਕਰਕੇ ਤੁਰਿਆ ਚੱਲ ਸ਼ਰਧਾ ਨਾਲ, ਤੈਨੂੰ ਜਾਣਨ ਦਾ ਕੋਈ ਅਧਿਕਾਰ ਨਹੀਂ, ਅੱਖਾਂ ਨਹੀਂ ਖੋਲਣੀਆਂ। ਪਰ ਇੱਥੇ ਸਵਾਲ ਹੈ, ਗੁਰਬਾਣੀ ਕਹਿੰਦੀ ਹੈ ਰੱਬ ਮੈਂ ਅੱਖਾਂ ਬੰਦ ਕਰਕੇ ਤੇਰੀ ਭਗਤੀ ਕਰਦਾ ਰਹਾਂ ਅਗਿਆਨਤਾ ਵਿੱਚ, ਮੇਰੇ ਕੋਲ ਇਹ ਨਹੀਂ ਹੁੰਦਾ, ਤੂੰ ਮੈਨੂੰ ਤਾਰ ਲਏਗਾ, ਮੁਕਤੀ ਦੇ ਦੇਗਾ, ਮੈਂ ਮੁਕਤ ਹੋ ਜਾਵਾਂਗਾ। ਮੈਂ ਜਾਣਨਾ ਚਾਹੁੰਦਾ ਮੁਕਤੀ ਕੀ ਹੋਵੇਗੀ, ਤਾਰਨਾ ਕੀ ਹੋਵੇ, ਮੈਨੂੰ ਪਤਾ ਤਾਂ ਹੋਵੇ ਮੈਂ ਕਿਉਂ ਭਗਤੀ ਕਰ ਰਿਹਾ। ਇਹਨੂੰ ਕਿਤੇ ਵਿਚਾਰ ਹੈ ਤੂੰ ਕਹੀ ਸੀ ਰਾਮ ਮੁਕਤ ਤਾਰ ਕਹਾਂ ਲੈ ਗਈ ਹੈ, ਸੋਧੋ ਮੁਕਤ ਕਹਾਂ ਦਿਓ, ਕੈਸੀ ਕਰ ਪ੍ਰਸਾਦ ਮੁਕਤ, ਜਿਹੜੀ ਚੀਜ਼ ਤੂੰ ਰਹਿਮਤ ਨਾਲ ਮੈਨੂੰ ਦੇਣਾ ਚਾਹੁੰਦਾ ਹੈ, ਮੈਂ ਲੈਣਾ ਚਾਹੁੰਦਾ, ਉਹ ਆਖਰ ਮੈਨੂੰ ਪਤਾ ਤਾਂ ਹੋਵੇ ਮੈਨੂੰ ਮਿਲਣ ਵਾਲੀ ਚੀਜ਼ ਕੀ ਹੈ। ਸਵਾਲ ਇੱਕ ਖਿਆਲ ਕਰਿਓ, ਮੈਂ ਇੱਕ ਵਾਰ ਕੀਤੀ ਸੀ, ਅੱਜ ਦੀ ਐਡਵਾਂਸ ਜ਼ਿੰਦਗੀ ਅੰਦਰ ਸਾਰਾ ਗਿਆਨ ਸਵਾਲ ਤੇ ਖੜਾ। ਆਪਣੇ ਆਮ ਲੋਕ ਕਹਿਣ ਲੱਗ ਪੈਣ ਕਿ ਬੱਚਿਆਂ ਦੀ ਜ਼ਬਾਨ ਤੇ ਵਾਹਿ ਲਫ਼ਜ਼ ਆਮ ਹੋ ਗਿਆ, ਹਰ ਗੱਲ ਦੇ ਨਾਲ ਪੁੱਛਦੇ ਨੇ ਕਿਉਂ ਕਿਉਂ ਹੀ ਅੱਜ ਦੀ ਐਡਵਾਂਸ ਦੁਨੀਆਂ ਦੀ ਨਿਸ਼ਾਨੀ ਹੈ, ਕਿਉਂਕਿ ਉਹ ਜਾਣਨਾ ਚਾਹੁੰਦੇ ਨੇ। ਸਾਡੇ ਬਚਪਨ ਵੇਲੇ ਕਦੀ 50 ਸਾਲ ਪਿੱਛੇ ਚਲੇ ਜਾ, ਕਿਸੇ ਬੱਚੇ ਨੂੰ ਇਹ ਅਧਿਕਾਰ ਨਹੀਂ ਸੀ ਪੁੱਛੇ ਕਿਉਂ, ਸਵਾਲ ਕਰਨ ਦਾ ਤਾਂ ਅਧਿਕਾਰ ਹੀ ਕੋਈ ਨਹੀਂ। ਪਰ ਇੱਕ ਖਿਆਲ ਕਰਿਓ, ਮੈਂ ਅਰਜ਼ ਕੀਤੀ ਸੀ ਸਵਾਲ ਨੇ ਹੀ ਜਵਾਬ ਨੂੰ ਜਨਮ ਦਿੱਤਾ ਹੈ, ਜਿੱਥੇ ਸਵਾਲ ਕੋਈ ਨਹੀਂ ਉੱਥੇ ਜਵਾਬ ਵੀ ਕੋਈ ਨਹੀਂ, ਜਿੱਥੇ ਸਵਾਲ ਜਵਾਬ ਕੋਈ ਨਹੀਂ ਉੱਥੇ ਮਿਲਣ ਵਾਲੀ ਡਿਗਰੀ ਵੀ ਕੋਈ ਨਹੀਂ। ਤੈਨੂੰ ਤਾਂ ਕਹੂੰ ਤੂੰ, ਤੈਨੂੰ ਕੋਈ ਜਵਾਬ ਹੀ ਨਹੀਂ ਉੜਦਾ ਕਿਸੇ ਗੱਲ ਦਾ, ਤੇਰੇ ਕੋਲ ਜਵਾਬ ਹੀ ਹੈ ਨਹੀਂ, ਤਰਕ ਨੇ ਤਾਂ ਜਵਾਬ ਮੰਗਲੇ। ਅੱਜ ਦੇ ਸਮੇਂ ਦਾ ਦੁਖਾਂਤ ਮੈਂ ਤੁਹਾਡਾ ਦੇਖਣਾ ਚਾਹੁੰਦਾ, ਅੱਜ ਦਾ ਟਕਰਾਓ ਕਿਹੜੀ ਗੱਲ ਹੈ? ਜਿਹੜੇ ਜਵਾਬ ਜਿਹਨਾਂ ਕੋਲ ਹੈ ਨਹੀਂ ਨਾ, ਉਹ ਕਹਿੰਦੇ ਨੇ ਹਾਂ ਇਹ ਸਵਾਲ ਹੀ ਕਿਉਂ ਕਰਨਾ, ਉਹ ਜ਼ਬਾਨ ਬੰਦ ਕਰਨਾ ਚਾਹੁੰਦੇ ਨੇ, ਇਹ ਸਵਾਲ ਕਰਨ ਵਾਲੀ ਜ਼ਬਾਨ ਬੰਦ ਹੋ ਜਾਏ ਤਾਂ ਕਿ ਸਾਨੂੰ ਜਵਾਬ ਨਾ ਦੇਣਾ ਪਵੇ। ਪਰ ਜਿਹੜਾ ਜੀਵਨ ਵਿੱਚ ਅੱਗੇ ਵਧਣਾ ਚਾਹੁੰਦਾ ਉਹ ਨਹੀਂ ਕਹਿੰਦਾ ਨਹੀਂ ਸਵਾਲ ਵੀ ਹੋਵੇ ਤੇ ਜਵਾਬ ਵੀ ਹੋਵੇ, ਤਰਕ ਦਾ ਮਤਲਬ ਹੀ ਸਵਾਲ ਹੈ। ਜਿੱਥੇ ਤਰਕ ਖਤਮ ਹੋਵੇ ਨਾ, ਉੱਥੇ ਦੁਨੀਆਂ ਦਾ ਵਧਣ ਫੁੱਲਣ ਦਾ ਦਰਵਾਜ਼ਾ ਬੰਦ ਹੋ ਗਿਆ, ਬਸ ਵਿਚਾਰ ਬੰਦ ਹੋ ਗਈ। ਵਿਚਾਰ ਦਾ ਦਰਵਾਜ਼ਾ ਬੰਦ ਨਹੀਂ ਕਰਨਾ, ਬਲਕਿ ਹੁਣ ਸ਼ੁਰੂ ਖੁਸ਼ਕਿਸਮਤੀ ਹੈ ਕਿ ਇਸ ਯੁੱਗ ਅੰਦਰ ਵਿਚਾਰ ਦਾ ਦਰਵਾਜ਼ਾ ਖੁੱਲ੍ਹਿਆ। ਹਰ ਆਦਮੀ
हर एक चीज करन तो पहला जानना चाहता है। एक बार अलकी थी भी अगे पुड़िया बन के दे दिंदे सन हकीम, उन्दे विच की है की नहीं कोई सवाल ही नहीं, कदी तुहानू नुस्खा उस पुड़ी विच पाया होया हकीम दसदा सी, कदी ये ना पुछ की है दे दस सिखा दे दस, अखा बंद कर शर्दा अखा बंद करके खा लेते। पर हूं किसी भी कैमिस्ट्री दुकान से कोई दवाई ऐसी नहीं बेची जा सकती जिंदी पैकिंग के उत्ते उनका पूरा फार्मूला ना लिखा हो। क्यों मैं किसी, क्योंकि अज का मनुख एडवांस संसार का रहने वाला है, अगम दो, इसलिए हूँ वो कुछ नहीं खाना चाहता जिंदे बारे उन्होंने पता ही ना, वो नहीं पहनना चाहता जिंदे बारे पता ना हो। मैं कहती हूँ तो हर कपड़े दे हर मीटर उत्ते लिखे हुए है किन्ना पोलिएस्टर है किन्नी कॉटन है, जो कुछ नहीं करना चाहता जानना, मैं जानना चाहता। पर जे इन्ने समाज के अंदर जानने की बिरती हो गई हो उस वे जी सब तो जरूरी चीज आत्मा को जिंदा रखने वाली जी चीज है गुरु सिद्धांत धर्म, उसके प्रति सानू कोई आखे अखा बंद करके जो मैं कहना धर्म करी चल, नहीं तो तेन मैं अशुद्ध आखा अखा बंद करके कर, तेन कोई पुछण का अधिकार नहीं जपजी साहब की है, तेन कोई पुछण का अधिकार नहीं है खट पट क्यों कराने। अज का जिन्ना टकराव मैं वेख रहा, एक पास शरदा लफज लैके खलोता कोई, एक पास तर्क लैके खलोता कोई, हम गुरबाणी सारी पढ़ लो उनके तर्क ही तर्क, नहीं कहता भी मैं कहना तर्क महान है नहीं, श्री गुरु ग्रंथ साहिब की बाणी पढ़ो राहत वाली तो मैं इसे नहीं सांझी की थी। गुरु तो इथों तक आख रहा है कि हे मेरे रब मैनू पैदा ही क्यों किया गया, मैनू ये दस कवन कार सिरजे जग भीतर, जन्म कवन फल पाया है, मैनू अपने प्रति कोई तर्क ही ना हो, पता ही ना हो मैं क्यों हाँ की हाँ, सारी तर्क है वो जानना चाहती है। पर कोई आखे तेन एक ही सवाल करन दा हक है, अज तक टकराव इस गल, एक पासे अखां बंद करके चलन वालिया दा, एक पासे अखां खोल के चलन वालिया दा। हर पासे टकराओ, खौफ पैदा हो गया है, हर पासे आवाज़ ने किसी तरह इन्हू शांति बदलिया जाए। सब तो फिर चंगी शांति तो वो है जिथे कोई तर्क रहे ही ना, तो उनका तरीका बड़ा खूबसूरत है कि मसान भूमिका में चले जाओ, उत्थे बिल्कुल शांति होती, सारे मुर्दे ही मुर्दे ने, जीवना होता ही कोई नहीं, जिथे जिंदे लोग ने उत्थे तो तर्क रहे नहीं, उत्थे तुसी विचार को खामोश नहीं कर सकते, हर स्टेज ते हर सतह ते विचार रहने। हाँ जे तुहाडे कोल उहदा कोई जवाब है तो दिओ, तर्क जवाब मंगती है और कुछ नहीं, हर विचार जवाब मंगती है और कुछ नहीं, क्योंकि विचार ज्ञान का दरवाजा है, जिथे विचार खत्म हो गई उथे ज्ञान रुक गया। हाँ हुण इस तो ऊपर मेरे रब की जिंदे ते रहमत होवे ओहो ही विचार जुड़ता है, नहीं तो बाकी तरफा बंद कर तुरना, श्रद्धा के नाम थे तुरना सौखा समझते,
ਗੁਰੂ ਨੇ ਆਖਿਆ ਜਿਸ ਨੂੰ ਨਦਰ ਕਰੇ ਤੂੰ ਆਪਣੀ ਜਿਸ ਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਇਸ ਨੂੰ ਸਪਸ਼ਟ ਫੈਸਲਾ ਕੀ ਰੱਬੀ ਰਹਿਮਤ ਦੀ ਨਿਸ਼ਾਨੀ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਅਗਵਾਈ ਵਿੱਚ ਰੱਬ ਦੀ ਧਰਮ ਦੀ ਵਿਚਾਰ ਕਰਨਾ ਹੈ ਵੀ ਮੈਂ ਇਸ ਧਰਮ ਦੇ ਖੇਤਰ ਵਿੱਚ ਕਿਵੇਂ ਜਿਉਣਾ ਹੈ ਕਿ ਮੈਂ ਪ੍ਰਭੂ ਨਾਲ ਇੱਕ ਮਿੱਕ ਇੱਕ ਰਸ ਹੋ ਜਾਵਾਂ ਜ਼ਰੂਰਤ ਵਿਚਾਰਨੇ ਦੁੱਖਾਂ ਮਨੁੱਖ ਵਿਚਾਰਨੇ ਤਾਂ ਮੈਂ ਤਾਂ ਹੈਰਾਨ ਹੋਇਆ ਆਪਣੇ ਦਿਲ ਵਿੱਚ ਅਸੀਂ ਸ਼ਬਦਾਵਲੀ ਤੇ ਖਲੋ ਗਏ ਵਿਚਾਰ ਵਾਲੇ ਨੂੰ ਕੋਈ ਪਤਾ ਨਹੀਂ ਹੁੰਦਾ ਜਿਹੜਾ ਅੱਖਾਂ ਬੰਦ ਕੇ ਤੁਰਿਆ ਜਾਂਦਾ ਨਾ ਉਹਦੇ ਸਾਹਮਣੇ ਤਾਂ ਇੱਧਰੋਂ ਖੜਕਾ ਹੋਵੇ ਉਹ ਇੱਧਰ ਤੁਰ ਪਏਗਾ ਇੱਧਰੋਂ ਹੋਵੇ ਇੱਧਰ ਤੁਰ ਪਏ ਉਹ ਤਾਂ ਹਟ ਹੀ ਜਾ ਰਸਤੇ ਦਾ ਤਾਂ ਉਹਨੂੰ ਪਤਾ ਕੋਈ ਨਹੀਂ ਅੱਖਾਂ ਬੰਦ ਨੇ ਮੈਂ ਹੈਰਾਨ ਹੋਇਆ ਪਿਛਲੇ ਦਿਨਾਂ 'ਚ ਮੇਰੇ ਸਾਹਮਣੇ ਇਹ ਚੀਜ਼ਾਂ ਇਹਨਾਂ ਦਾ ਦੂਜਾ ਬਣਾਇਆ ਹੋਇਆ ਗੁਰੂ ਬਿਸਤਰ ਨਾਟਕ ਉਹਦੇ ਵਿੱਚ 24 ਅਵਤਾਰ ਨੇ 24 ਅਵਤਾਰਾਂ ਦੀ ਕਹਾਣੀ ਹੈ ਉਹਦੇ ਵਿੱਚ ਸਭ ਤੋਂ ਆਖਰੀ ਅਵਤਾਰ ਜਿਹੜਾ ਹੈ ਨਾ 24ਵਾਂ ਅਵਤਾਰ ਉਹਦਾ ਨਾਮ ਕਲਕੀ ਅਵਤਾਰ ਹੈ ਪੜ੍ਹ ਕੇ ਦੇਖ ਕਿਸੇ ਅੰਦਰ ਇਸ ਗੱਲ ਨੂੰ ਜਾਣਨਾ ਚਾਹੇ ਸਬੂਤ ਦੇ ਰੂਪ ਵਿੱਚ ਦਿਖਾ ਸਕਦਾ ਚੌਵੀਵੇਂ ਅਵਤਾਰ ਜਿਹੜਾ ਉਹ ਉਹਦਾ ਨਾਮ ਕਲਕੀ ਅਵਤਾਰ ਹੈ ਹੁਣ ਹਾਲਾਂਕਿ ਕਲਕੀ ਅਵਤਾਰ ਹੈ ਉੱਥੇ ਪਰ ਇਹਨਾਂ ਉਹਨੂੰ ਕਲਕੀ ਅਵਤਾਰ ਬਣਾ ਲਿਆ ਕਿਉਂਕਿ ਲਫ਼ਜ਼ ਮਿਲ ਗਏ ਉਹ ਨੇਕ ਸਿੰਘ ਜਿੰਨੇ ਨੇ ਉਹ ਕਲਕੀ ਅਵਤਾਰ ਦੀ ਕਥਾ ਹੀ ਕਰੀ ਜਾਂਦੇ ਨੇ ਆਹ ਪਿਛਲੇ ਦਿਨ ਵਿੱਚ ਜਿਹਨੇ ਧਮਕੀ ਦਿੱਤੀ ਹੈ ਚਰਨਜੀਤ ਸਿੰਘ ਉਹ ਵੀ ਕਹਿੰਦਾ ਸਾਧ ਸੰਗਤ ਰੋਜ਼ ਕਲਕੀ ਅਵਤਾਰ ਦੀ ਕਥਾ ਕਰੇ ਬੱਚਿਆਂ ਨੂੰ ਵੀ ਕਲਕੀ ਅਵਤਾਰ ਪੜ੍ਹਾਇਆ ਕਰੋ ਮੈਂ ਕਿਹਾ ਵੇਖਾ ਤਾਂ ਸਹੀ ਕਲਕੀ ਅਵਤਾਰ ਉਹ ਸਮਝਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਕੀ ਅਵਤਾਰ ਦੀ ਕਲਕੀ ਅਵਤਾਰ ਦੀ ਗੱਲ ਦੇਖੋ ਬਿਨਾਂ ਵਿਚਾਰੇ ਮਨੁੱਖ ਕਿੱਥੇ ਜਾ ਪਹੁੰਚਦਾ ਹਾਲਾਂਕਿ ਉਹਦਾ ਐਂਡ ਕੀ ਹੈ ਕਦੀ ਆਪ ਪੜ੍ਹੇ ਉਸ ਜਾਂ ਤਾਂ ਉਸ ਵੀਰ ਨੇ ਵੀ ਪੜ੍ਹਿਆ ਹੀ ਨਹੀਂ ਹੋਇਆ ਬਿਨਾਂ ਪੜ੍ਹੇ ਪੋਏ ਸਿਰਫ ਲਫ਼ਜ਼ ਵੇਖ ਪੜ੍ਹਿਆ ਨਹੀਂ ਹੋਇਆ ਨਹੀਂ ਤਾਂ ਉਹਨੂੰ ਪਤਾ ਹੋਵੇ ਕਿ ਉਹ 24 ਅਵਤਾਰ ਵਾਲਾ ਜਿਹੜਾ ਕਲਕੀ ਅਵਤਾਰ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹੋ ਸਕਦਾ ਕਾਰਨ ਉਹਦੇ ਵਿੱਚ ਤਾਂ ਲਿਖਿਆ ਵੀ ਕਲਕੀ ਅਵਤਾਰ ਨੇ ਜਦੋਂ ਬਹੁਤ ਸਾਰੇ ਰਾਜਿਆਂ ਨੂੰ ਜਿੱਤ ਲਿਆ ਨਾ ਤੇ ਜਿੱਤਣ ਤੋਂ ਬਾਅਦ ਇੰਨਾ ਹੰਕਾਰੀ ਹੋ ਗਿਆ ਉੱਥੇ ਲਫ਼ਜ਼ ਨੇ ਇੰਨਾ ਹੰਕਾਰੀ ਹੋ ਗਿਆ ਕਿ ਆਖੇ ਰੱਬ ਵੀ ਕੀ ਚੀਜ਼ ਹੈ ਸਭ ਕੁਝ ਮੈਂ ਲੋਕ ਮੇਰੀ ਭਗਤੀ ਕਰਦੇ ਨੇ ਤੇ ਉਸ ਵੇਲੇ ਭਗਵਾਨ ਵਿਸ਼ਨੂੰ ਨੂੰ ਚੰਗੀ ਨਾ ਲੱਗੀ ਗੱਲ ਵੀ ਅਹੰਕਾਰੀ ਹੋ ਗਿਆ ਭਗਵਾਨ ਨੂੰ ਚੰਗੀ ਨਾ ਲੱਗੀ ਉਹਨੇ ਫਿਰ ਮੀਰ ਮਹਿੰਦੀ ਪੈਦਾ ਕੀਤਾ ਉੱਥੇ ਲਫ਼ਜ਼ ਨੇ ਬਖਿਆ ਮੀਰ ਮਹਿੰਦੀ ਪੈਦਾ ਕੀਤਾ ਜਿਹੜਾ ਉਦੋਂ ਵੀ ਸ਼ਕਤੀਸ਼ਾਲੀ ਸੀ ਉਹਨੇ ਮੀਰ ਮਹਿੰਦੀ ਨੇ ਉਸ ਕਲਕੀ ਅਵਤਾਰ ਨੂੰ ਫੜ ਕੇ ਤਸੀਹੇ ਦੇ ਕੇ ਅਤੇ ਸਜ਼ਾ ਦੇ ਕੇ ਮਾਰਿਆ ਹੁਣ ਕੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜੋਗੇ ਹੈ ਕੋਈ ਐਸਾ ਪੜ੍ਹ ਕੇ ਦੇਖ ਲਓ ਅਸੀਂ ਉਹਨੂੰ ਕਲਕੀ ਅਵਤਾਰ ਤੋਂ ਕਲਕੀ ਅਵਤਾਰ ਬਣਾ ਸ਼ਬਦਾਵਲੀ ਬਿਨਾਂ ਸੋਚੇ ਕਿਸੇ ਗੱਲ ਨੂੰ ਕੰਪਲੀਟ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਨਾ ਕਰ ਮੈਂ ਮੈਨੂੰ ਆਪਣੇ ਹੱਡ ਬੀਤੀ ਯਾਦ ਆਈ ਮੈਂ ਸਾਂਝੀ ਕਰਾਂ 2 ਮਿੰਟ ਵਿੱਚ ਬਹੁਤ ਛੋਟੀ ਉਮਰ ਸੀ ਅਜੇ ਪਿਤਾ ਜੀ ਆਪ ਨਾਲ ਜਾਂਦੇ ਹੋ ਦੱਸਣ ਕਿਉਂਕਿ ਮੈਂ ਤਾਂ ਕੀਰਤਨ ਤਾਂ ਜ਼ਰੂਰ ਕਰਦਾ ਸਭ ਪਰ ਹੋਰ ਗੱਲਬਾਤ ਦਾ ਨਹੀਂ ਸੀ ਪਤਾ ਫਿਰੋਜ਼ਪੁਰ ਤੋਂ ਪੂਰਬ ਦੇ ਸੰਬੰਧ ਵਿੱਚ ਸੱਦਾ ਆਇਆ ਸੀ ਗੁਰੂ ਮੰਨ ਲਏ ਪਿਤਾ ਜੀ ਨੇ ਉੱਥੇ ਚਿੱਠੀ ਹਾਂ ਦੀ ਪਾਤੀ ਫਰੀਦਕੋਟ ਤੋਂ ਵੀ ਆਇਆ ਇਹਨਾਂ ਨੂੰ ਉਹਨਾਂ ਨੇ ਜਵਾਬ ਲਿਖ ਦਿੱਤਾ ਇੱਕ ਨੂੰ ਉਹਨਾਂ ਦਿਨਾਂ ਅੰਦਰ ਚਿੱਠੀਆਂ ਹੁੰਦੀਆਂ ਸਨ ਫੋਨ 'ਤੇ ਹੁੰਦੇ ਨਹੀਂ ਸਨ ਕਈ ਕਈ ਦਿਨ ਲੱਗ 15-20 ਦਿਨ ਲੱਗ ਜਾਂਦੇ ਸਨ ਚਿੱਠੀ ਪਹੁੰਚਦੇ ਬੜੀ ਪਰੰਪਰੀ ਉਹ ਉਮਰ ਮੈਂ 13-14 ਸਾਲ ਦੀ ਸੀ ਚਿੱਠੀ ਲੇਟ ਹੋ ਗਈ
ਫਰੀਦਕੋਟ ਵਾਲਿਆਂ ਨੇ ਵੇਖਿਆ ਵੀ ਚਿੱਠੀ ਆ ਗਈ ਹੈ, ਪਰ ਇਹਦੇ 'ਤੇ ਜਵਾਬ ਦਿੱਤਾ ਉਹਨਾਂ ਨੇ, ਜਿਹੜੀ ਪਹਿਲੀ ਚਿੱਠੀ ਆਈ ਹੈ ਉਹਦੇ 'ਚ ਹਾਂ ਕੀਤੀ ਹੈ, ਉਹਨਾਂ ਨੇ ਸਾਨੂੰ ਚਿੱਠੀ ਪਾ ਦਿੱਤੀ ਹੈ ਨਾਰਾਜ਼ਗੀ ਦੀ ਕਿ ਤੁਸੀਂ ਸਾਡੇ ਨਾਲ ਹਾਂ ਕੀਤੀ, ਵਚਨ ਕੀਤਾ, ਹੁਣ ਸਾਨੂੰ ਜਵਾਬ ਦੇ ਦਿਓ, ਅਸੀਂ ਕਿਸੇ ਹਾਲਤ ਪ੍ਰਵਾਨ ਨਹੀਂ ਕਰਾਂਗੇ, ਤੁਹਾਨੂੰ ਹੁਣ ਸਾਡੇ ਕੋਲ ਆਉਣਾ ਹੀ ਪੈਣਾ, ਤੁਸੀਂ ਫਿਰੋਜ਼ਪੁਰ ਕਿਉਂ ਜਾ ਰਹੇ ਹੋ? ਮੈਂ ਤਾਂ ਪਤਾ ਨਹੀਂ ਕੀਤਾ ਜਿਹਨੇ ਚਿੱਠੀ ਪੜ੍ਹੀ ਅਤੇ ਕਹਿਣ ਲੱਗੇ ਵੀ ਮੈਂ ਉਹਨਾਂ ਨੂੰ ਲਿਖਦਾ ਵੀ ਐਸਾ ਨਹੀਂ ਹੋਇਆ ਕਿ ਅਸੀਂ ਤੁਹਾਨੂੰ ਹਾਂ ਦੀ ਚਿੱਠੀ ਪਾਈ ਹੋਵੇ ਅਤੇ ਮੁੜ ਕੇ ਨਾ ਕੀਤੀ ਹੋਵੇ। ਇਹ ਮੇਰੀ ਅੱਡ ਬੀਤੀ ਹੈ, ਬੜੀ ਅਜੀਬ ਕਥਨ ਦੀ ਗੱਲ। ਉਹਨਾਂ ਨੇ ਆਖਿਆ, ਉਹਨਾਂ ਨੂੰ ਫਿਰ ਚਿੱਠੀ ਪਾ ਦਿੱਤੀ ਵੀ ਇਸ ਤਰ੍ਹਾਂ ਕਰਕੇ ਅਸੀਂ ਤੁਹਾਨੂੰ ਕੋਈ ਅਜਿਹਾ ਮੈਸੇਜ ਨਹੀਂ ਦਿੱਤਾ, ਚਿੱਠੀ ਨਹੀਂ ਪਾਈ ਹਾਂ ਦੀ, ਪਰ ਜੇ ਤੁਹਾਡੇ ਕੋਲ ਕੋਈ ਚਿੱਠੀ ਅਸੀਂ ਜਾਣਨਾ ਚਾਹਾਂਗੇ, ਕਿਸੇ ਦੀ ਸ਼ਰਤ ਨਾ ਹੋਵੇ, ਅਸੀਂ ਫਿਰੋਜ਼ਪੁਰ ਜਾਣਾ ਗੁਰਪੁਰ ਅਤੇ ਗੁਰਪੁਰ ਅਸੀਂ ਉੱਥੇ ਹੀ ਕਰਾਂਗੇ ਜਿੱਥੇ ਵਚਨ ਮਿਲਣਾ ਜਾਣਾ। ਫਰੀਦਕੋਟ ਅਸੀਂ ਉਤਰ ਕੇ ਤੁਸੀਂ ਕਮੇਟੀ ਬੁਲਾਇਓ, ਅਸੀਂ ਤੁਹਾਡੇ ਸਾਹਮਣੇ ਉਹ ਚਿੱਠੀ ਵੇਖਣਾ ਚਾਹੁੰਦੇ ਹਾਂ। ਅਸੀਂ ਫਰੀਦਕੋਟ ਉਤਰ, ਮੈਂ ਤਾਂ ਛੋਟਾ ਜਿਹਾ ਸੀ, ਪਤਾ ਜੀ ਨਾਲ ਸਾਰੀ ਕਮੇਟੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਇਕੱਠੀ ਹੋ ਗਈ। ਬੜੇ ਵਿਸ਼ਵਾਸ ਨਾਲ ਉਹ ਚਿੱਠੀ ਉਹਨਾਂ ਫਾਈਲ ਵਿੱਚੋਂ ਕੱਢੀ ਲਿਆਂਦੀ। ਹੁਣ ਜਿਸ ਵੇਲੇ ਚਿੱਠੀ ਪਹਿਲਾਂ ਪੜ੍ਹੀ ਸੀ ਉਦੋਂ ਸੁਭਾਵਿਕ ਸਰਸਰੀ ਪੜ੍ਹੀ ਸੀ, ਹੁਣ ਕਿਉਂਕਿ ਉਸ ਚਿੱਠੀ ਦਾ ਰੌਲਾ ਸੀ, ਝਗੜਾ ਸੀ, ਇਸ ਲਈ ਹੁਣ ਧਿਆਨ ਨਾਲ ਪੜ੍ਹਨੀ ਸੀ। ਮੈਂ ਆਖਿਆ ਵੀ ਸਾਨੂੰ ਚਿੱਠੀ ਵਿਖਾਓ, ਪੜ੍ਹੋ, ਅਸੀਂ ਤੁਹਾਨੂੰ ਹਾਂ ਕੀਤੀ ਹੋਵੇ। ਉਹ ਸਿੰਘ ਜਦੋਂ ਚਿੱਠੀ ਪੜ੍ਹਨ ਲੱਗਾ ਨਾ ਤੇ ਅਖੀਰ ਤੇ ਆਇਆ ਤੇ ਠੰਭਰ ਗਿਆ, ਕਹਿੰਦੇ ਵੀ ਮੇਰੇ ਕੋਲ ਗਲਤੀ ਹੋ ਗਈ। ਗਲਤੀ ਕੀ ਹੋਈ? ਕਿ ਚਿੱਠੀ ਦੇ ਅਖੀਰ ਤੇ ਸਿਰਫ ਦਰਸ਼ਨ ਲਫ਼ਜ਼ ਉਹਨੇ ਪੜ੍ਹ ਲਿਆ, ਅਗਰ ਚਿੱਠੀ ਪੜ੍ਹਨ ਦੀ ਲੋੜ ਨਹੀਂ ਸੀ। ਉਹ ਲਿਖਿਆ ਹੋਇਆ ਸੀ ਦਰਸ਼ਨ ਅਭਿਲਾਸ਼ੀ ਪਾਲ ਸਿੰਘ ਪੰਛੀ ਢਾਡੀ ਜਥਾ, ਉਹਦੀ ਚਿੱਠੀ ਸੀ। ਆਪਾਂ ਪੁਰਾਣੇ ਸਮੇਂ ਅੰਦਰ ਆਮ ਥਾਲੇ ਲਿਖਦੇ ਸਨ ਦਰਸ਼ਨ ਅਭਿਲਾਸ਼ੀ, ਉੱਥੇ ਲਿਖਿਆ ਹੋਇਆ ਸੀ ਦਰਸ਼ਨ ਅਭਿਲਾਸ਼ੀ ਪਾਲ ਸਿੰਘ ਪੰਛੀ, ਅਤੇ ਇਹਨਾਂ ਦਰਸ਼ਨ ਹੀ ਲਫ਼ਜ਼ ਪੜ੍ਹ ਕੇ ਚਿੱਠੀ ਉਹਨਾਂ ਦੀ ਆ ਗਈ। ਮੇਰੇ ਕਹਿਣ ਦਾ ਮਤਲਬ ਅੱਜ ਸਾਡੀ ਹਾਲਤ ਇਹ ਹੋ ਰਹੀ ਹੈ, ਗ੍ਰੰਥ ਨੂੰ ਪੜ੍ਹਨ ਦੀ ਲੋੜ ਨਹੀਂ, ਆ ਉੱਤੇ ਨੂੰ ਦਸਮ ਲਿਖਿਆ ਹੋਇਆ। ਪਾਠ ਕਰਨ ਦਾ ਵਿਸ਼ਾ ਨਹੀਂ, ਗੁਰੂ ਆਖ ਰਹੇ ਨੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਪੜ੍ਹੀਏ ਸਾਡੀ ਕੌਮ ਵਿੱਚ ਇਸ ਲਈ ਚੱਲ ਰਿਹਾ। ਉਹਦਾ ਕਾਰਨ ਵੀ ਇਹੋ ਹੈ ਕਿਉਂਕਿ ਸਾਨੂੰ ਕੁਛ ਲੋਕ ਕੇਵਲ ਸ਼ਰਧਾ ਤੇ ਖੜਾ ਕਰਨਾ ਚਾਹੁੰਦੇ ਨੇ, ਅੱਖਾਂ ਬੰਦ ਕਰੋ, ਇਹ ਸਾਡੀਆਂ ਪਰੰਪਰਾ ਨੇ, ਇਹ ਇਵੇਂ ਚੱਲਣ ਗਈਆਂ। ਜਿਹੜਾ ਇਹਦੇ 'ਤੇ ਤਰਕ ਕਰਦਾ ਉਹਨੂੰ ਸੋਧ ਦਿਓ, ਜਿਹੜਾ ਇਹਦੇ 'ਤੇ ਤਰਕ ਕਰੇ ਉਹਨੂੰ ਧਮਕੀ, ਵਿਸ਼ਵਾਸ ਕਰ। ਅੱਖਾਂ ਖੋਲ੍ਹ ਕੇ ਚੱਲਣ ਵਾਲੇ ਲੋਕ ਅੱਖਾਂ ਬੰਦ ਕਰਕੇ ਤੁਰਨ ਦੇ ਆਦਿ, ਉਹਨੂੰ ਸਮਾਂ ਇਹ ਬਦਲਿਆ। ਜਿਹੜਾ ਅਸੀਂ ਕਹਿੰਦੇ ਹਾਂ ਨਾ ਹਰ ਬੱਚੇ ਦੀ ਜ਼ਬਾਨ 'ਤੇ ਵਾਜ ਲਫ਼ਜ਼ ਹੈ, ਪਹਿਲੇ ਨਹੀਂ ਸੀ, ਉਹ ਖੁਸ਼ਕਿਸਮਤੀ ਹੈ, ਭਾਗਾਂ ਵਾਲੇ ਨੇ ਉਹ ਲੋਕ
ਜਿਨ੍ਹਾਂ ਦੇ ਬੱਚੇ ਕਿਉਂ ਤੋਂ ਜੀਵਨ ਸ਼ੁਰੂ ਕਰਦੇ ਨੇ ਤਾਂ ਹੀ ਉਹ ਸੰਸਾਰ ਅੰਦਰ ਡਿਗਰੀਆਂ ਪ੍ਰਾਪਤ ਕਰਦੇ ਨੇ, ਜਿਨ੍ਹਾਂ ਨੇ ਕਿਉਂ ਨੇ ਛੱਡ ਦਿੱਤਾ ਹੈ, ਜਿਨ੍ਹੇ ਇਹ ਲਫ਼ਜ਼ ਹੀ ਭੁੱਲ ਗਏ ਆ ਵੀ ਇਹਦੇ ਵਿੱਚ ਕੀ ਹੈ, ਮੈਂ ਜਾਣਾ ਤੇ ਸਹੀ, ਅਸੀਂ ਤੇ ਹੋਰ ਕੁਝ ਵੀ ਨਹੀਂ ਮੰਗਦੇ। ਅਸੀਂ ਕਹਿੰਦੇ ਹਾਂ ਭਰਿਓ, ਜਿਹਨੂੰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਸਮਝ ਕੇ ਬਲਕਿ ਉਸ ਨਾਲੋਂ ਜ਼ਿਆਦਾ ਇੰਪਾਰਟੈਂਸ ਦੇ ਰਹੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਦਿਓ, ਪਰ ਕਮ ਸੇ ਕਮ ਪੜ੍ਹੋ ਤਾਂ ਸਹੀ, ਵਿਚਾਰੋ ਤਾਂ ਸਹੀ, ਸਾਡਾ ਫੈਸਲਾ ਨਾ ਮੰਨੋ, ਆਪ ਪੜ੍ਹੋ, ਵਿਚਾਰੋ। ਹਾਂ, ਜਿਹਨਾਂ ਨੇ ਪੜ੍ਹ ਲਿਆ, ਜਿਹਨਾਂ ਨੇ ਵਿਚਾਰ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਲਗੀ ਅਵਤਾਰ, ਕਲਗੀ ਪਤ, ਕਲਗੀ ਧਰ ਪਾਤਸ਼ਾਹ ਨਹੀਂ। ਦਸਮ ਗ੍ਰੰਥ ਦਾ ਮਤਲਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗ੍ਰੰਥ ਨਹੀਂ, ਉਹ ਭਰਿਓ, ਸਿਰਫ ਵਿਚਾਰਨ ਵਾਲੀ ਤਾਂ ਗੱਲ ਇਹ ਹੈ, ਅਤੇ ਉਹ ਤਾਂ ਹੋਏਗੀ ਜੇ ਆਪ ਵਿਚਾਰੋਗੇ, ਜੇ ਪੜ੍ਹੋਗੇ, ਅਤੇ ਜੇ ਆਖੋਗੇ ਸਾਡੀ ਪਰੰਪਰਾ। ਅੱਖਾਂ ਬੰਦ ਕਰਕੇ ਤੁਰੋ, ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ, ਵਿਚਾਰਨ ਦਾ ਕੋਈ ਅਧਿਕਾਰ ਨਹੀਂ, ਨਹੀਂ ਤੇ ਤੁਹਾਡੇ ਤੇ ਨਾਸਤਿਕ ਦਾ, ਅਸ਼ਰਧਕ ਦਾ, ਕਾਮਰੇਡ ਦਾ ਠੱਪਾ ਲੱਗ ਜਾਏਗਾ। ਸਾਡੀ ਹਾਲਤ ਕਹਿੰਦੇ ਨੇ ਇਹ ਕਾਮਰੇਡ ਕਿੱਥੋਂ ਜਾਂਦੇ, ਹਰ ਗੱਲ ਤੇ ਤਿਰਕ ਕਰਦੇ ਨੇ, ਜਿਹੜਾ ਤਿਰਕ ਕਰਦਾ ਹੈ ਉਹ ਜਾਣਨਾ ਚਾਹੁੰਦਾ ਹੈ, ਬਿਨਾਂ ਤਿਰਕ ਤੋਂ ਧਰਮ ਵੀ ਨਹੀਂ ਸਮਝਿਆ ਜਾ ਸਕਦਾ, ਬਿਨਾਂ ਤਰਕ ਤੋਂ ਰੱਬ ਵੀ ਨਹੀਂ ਸਮਝਿਆ ਜਾ ਸਕਦਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਹ ਗੱਲ ਕਿਉਂ ਆਖੀ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਇਹ ਹੱਕ ਨਹੀਂ ਦਿੰਦਾ ਕਿ ਰੱਬ ਪ੍ਰਤੀ ਤੁਸੀਂ ਫੈਸਲਾ ਕਰਦੇ ਹੋ ਰੱਬ ਇਹੋ ਜਿਹਾ, ਪਰ ਇਹ ਹੱਕ ਜ਼ਰੂਰ ਦੇਣਾ ਕਿ ਮੇਰੇ ਮਾਲਕ ਰੱਬ ਪ੍ਰਤੀ ਜਿੱਥੇ ਵੀ ਬੈਠੋ ਉੱਥੇ ਵਿਚਾਰ ਕਰੋ, ਕਿਉਂਕਿ ਵਿਚਾਰ ਇੱਕ ਗਿਆਨ ਦਾ ਦਰਵਾਜ਼ਾ ਹੈ, ਜਿੱਥੇ ਵਿਚਾਰ ਖਤਮ ਹੋ ਜਾਂਦੀ ਹੈ ਉੱਥੇ ਗਿਆਨ ਖਤਮ ਹੋ ਜਾਂਦਾ ਹੈ, ਜਿੱਥੇ ਗਿਆਨ ਖਤਮ ਹੋ ਜਾਂਦਾ ਹੈ ਉੱਥੇ ਧਰਮ ਪ੍ਰਵੇਸ਼ ਨਹੀਂ ਕਰਦਾ, ਕਿਉਂਕਿ ਬਾਣੀ ਨੇ ਕਹਿ ਦਿੱਤਾ ਜਾਂ ਗਿਆਨ ਅਤੇ ਧਰਮ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ, ਅਤੇ ਜਿੱਥੇ ਧਰਮ ਨਹੀਂ ਉੱਥੇ ਧਰਮਸਾਲ ਵੀ ਕਿਹਨੂੰ ਆਖੋਗੇ, ਧਰਮਸਾਲ ਨਹੀਂ ਰਹੀ। ਮੇਰੇ ਬਾਬੇ ਨੇ, ਗੁਰੂ ਨਾਨਕ ਨੇ ਥਾਂ ਥਾਂ ਧਰਮਸ਼ਾਲਾ ਕਾਇਮ ਕੀਤੀਆਂ ਸਨ, ਉਹਦਾ ਮਤਲਬ ਸੀ ਇੱਥੇ ਧਰਮ ਦੇ ਵਿਚਾਰ ਹੋਵੇ, ਗਿਆਨ ਦੇ ਵਿਚਾਰ ਹੋਵੇ, ਧਰਮ ਜਨਮ ਲਵੇ। ਧਰਮ ਇੱਕ ਰਸਤਾ ਹੈ ਰੱਬ ਦੇ ਮਿਲਾਪ ਦਾ, ਰੱਬ ਨਹੀਂ ਉਹਦੇ ਮਿਲਾਪ ਦਾ ਇੱਕ ਰਸਤਾ ਹੈ, ਅਤੇ ਉਸ ਰਸਤੇ ਨੂੰ ਤੈਅ ਕਰਨਾ ਪੈਣਾ ਹੈ, ਉਹ ਤੈਅ ਤਾਂ ਉਹੀ ਕਰੇਗਾ ਜਿਹੜਾ ਅੱਖਾਂ ਖੋਲੇਗਾ, ਜਿਹਨੇ ਅੱਖਾਂ ਹੀ ਬੰਦ ਕਰ ਲਈਆਂ, ਕੇਵਲ ਸ਼ਰਧਾ ਦੇ ਅਧੀਨ ਨਵੀਨਾ ਹੋ ਗਿਆ, ਵਿਚਾਰ ਸ਼ਕਤੀ ਖੋ ਗਿਆ, ਉਹ ਰਾਹ ਉੱਤੇ ਖੜਾ ਵੀ ਕਰ ਲਓ ਤਦ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਅੱਜ ਕੀ ਨਤੀਜਾ ਹੈ ਕਿ ਧਰਮ ਦੇ ਰਾਹ 'ਤੇ ਖੜੇ ਨੇ, ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਧਰਮ ਸਥਾਨ ਉਹਨਾਂ ਕੋਲ ਆ ਗਏ ਨੇ, ਧਰਮ ਦੇ ਫੈਸਲੇ ਉਹ ਕਰਦੇ ਨੇ, ਪਰ ਅੱਖਾਂ ਬੰਦ ਕਰਕੇ ਕਰਦੇ ਨੇ। ਇਸ ਲਈ ਧਰਮ ਦੇ ਰਾਹ 'ਤੇ ਖੜੋਣ ਦੇ ਬਾਵਜੂਦ ਮੰਜ਼ਿਲ ਖੁੱਲੇ। ਹੁਣ ਦੁਖਾਂ 'ਤੇ ਹੈ ਕਿ ਜਿਹੜੇ ਅੱਖਾਂ ਖੋਲੀ ਖੜੇ ਨੇ ਉਹ ਅੱਖਾਂ ਬੰਦ ਵਾਲੇ ਦਾ ਪਿੱਛਾ ਕਰਨ, ਉਹਦੇ ਮਗਰ ਲੱਗਣ। ਗੁਰੂ ਨੇ ਆਖ ਦਿੱਤਾ ਅੰਧੇ ਕੇ ਰਾਹ ਦੱਸੀਏ, ਅੰਧਾ ਹੋਏ ਸਜਾ। ਰਾਤ ਵੀ ਇੱਕ ਲਾਈਨ ਆਈ ਸੀ ਕਿ ਸਤਿਗੁਰੂ ਨੇ ਆਖਿਆ, ਮੈਂ ਉਹ ਲੋਕ ਵੇਖਣਾ, ਇੱਕ ਤੇ ਉਹ ਨੇ ਜਿਹੜੇ ਆਪਣੇ ਆਪ ਨੂੰ ਸਮਰਪਣ ਕਰਦੇ ਨੇ, ਅੱਖਾਂ ਖੋਲ ਕੇ ਵਿਚਾਰ ਦੇ ਖੇਤਰ ਵਿੱਚ ਪ੍ਰਵੇਸ਼ ਕਰਦੇ ਨੇ, ਅਤੇ ਇੱਕ ਉਹ ਹੰਕਾਰ ਭਰੇ ਲੋਕ ਨੇ ਜਿਹੜੇ ਕਹਿੰਦੇ ਨੇ ਹਮ ਕੀਆ ਹਮ ਕਰੇਂਗੇ ਹਮ ਮੂਰਖ ਵਿਵਹਾਰ ਕਰਨ ਵਾਲਾ ਵਿਸਰਿਆ, ਦੂਜੇ ਭਾਈ ਪਿਆਰ। ਇਸ ਭਰਿਓ, ਧਰਮ ਦੇ ਖੇਤਰ ਵਿੱਚ ਕਦਮ ਰੱਖਣ ਤੋਂ ਪਹਿਲਾਂ ਅੱਖਾਂ ਜ਼ਰੂਰ ਖੋਲ ਲਿਓ, ਉਹਨਾਂ ਲੋਕਾਂ ਦਾ ਪੱਲਾ ਫੜ ਕੇ ਨਹੀਂ ਤੁਰਨਾ ਜਿਹੜੀ ਅੱਖਾਂ ਬੰਦ ਕਰਕੇ ਕੇਵਲ ਸ਼ਰਧਾ ਦੇ ਨਾਮ ਪੱਲੇ ਤੁਰਨਾ ਚਾਹੁੰਦੇ,
ਤੇ ਤੁਹਾਨੂੰ ਲੈ ਕੇ ਤੋਰਨਾ ਚਾਹੁੰਦੇ ਨੇ। ਬਲਕਿ ਅੱਖਾਂ ਖੋਲ, ਤੈਨੂੰ ਪਤਾ ਹੋਵੇ ਰੱਬ ਕੀ ਹੈ, ਉਹਦੇ ਮਿਲਾਪ ਦਾ ਸਾਧਨ ਕਿਹੜਾ ਹੈ। ਵਿਚਾਰ ਵਿੱਚੋਂ ਗਿਆਨ ਦੇ ਰਾਹੀਂ ਤੈਨੂੰ ਆਪਣੀ ਮੰਜ਼ਿਲ ਦਾ ਪਤਾ ਲੱਗ ਸਕੇ, ਫਿਰ ਤੈਨੂੰ ਉਸ ਮਿਲਾਪ ਦਾ ਰਸ ਆਏਗਾ। ਨਹੀਂ ਤਾਂ ਸੱਦੂ ਨੇ ਆ ਕੇ ਕਹਿਣ ਲੱਗੇ ਸ਼ਬਦ ਨੂੰ ਕਸਵੱਟੀ ਬਣਾ ਕੇ ਵਿਚਾਰ ਕਰ। ਅਸੀਂ ਵੀ ਬਾਰ ਬਾਰ ਕਿਉਂ ਆਖਦੇ ਹਾਂ ਪਰਿਓ ਆਓ, ਜਿਹੜੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਾਲ ਮੇਲ ਖਾਂਦੀ ਉਹ ਸੰਭਾਲ ਲਓ, ਕਿਉਂਕਿ ਗੁਰੂ ਦੀ ਬਾਣੀ ਜਾਂ ਗੁਰੂ ਦੀ ਵਿਚਾਰਧਾਰਾ ਤੇ ਉਹੀ ਹੋ ਸਕਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਸਾਰੀ ਜ਼ਿੰਦਗੀ ਕਲਕੀ ਦੀ ਕਲਕੀ ਦੀ ਕਥਾ ਹੀ ਕਰੀ ਜਾਣੀ ਤੇ ਫਿਰ ਤਾਂ ਉਹ ਸੱਚੇ ਨੇ ਦਸਮ ਲਫ਼ਜ਼ ਤੋਂ ਭੁੱਲ ਗਿਆ, ਅੱਗੇ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਜੀ ਦਸਮ ਗ੍ਰੰਥ ਹੈ ਉਹ ਪੜ੍ਹਿਓ, ਵਿੱਚ ਤਾਂ ਵੇਖ ਲਓ ਕੀ ਹੈ। ਅਸੀਂ ਇਹ ਨਹੀਂ ਕਹਿੰਦੇ ਸਾਡੀ ਮਰਜ਼ੀ ਮੰਨੋ, ਪਰ ਵਿੱਚ ਤਾਂ ਵੇਖ ਲਓ। ਵੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਦਸਮ ਪਾਤਸ਼ਾਹ ਕਲਗੀਆਂ ਵਾਲੇ ਦੇ ਵਿਚਾਰ ਹੈ, ਉਹਦੀ ਜੀਵਨ ਸ਼ੈਲੀ ਨਾਲ ਇਹ ਜੀਵਨ ਸ਼ੈਲੀ ਮਿਲਦੀ ਹੈ। ਕਿਤੇ ਐਸਾ ਨਾ ਹੋਵੇ ਤੁਸੀਂ ਅੱਖਾਂ ਬੰਦ ਕਰਕੇ ਤੁਰੋ ਅਤੇ ਸਾਨੂੰ
मजबूर अखा बंद करके नाल तुरन लई मजबूर करो। ये गल अज का पढ़िया लिखिया अज का एडवांस संसार जिहड़ा है जिहड़ा वायदे खड़ा है जिंदा जीवन इत्थों शुरू होया जिहड़ा विचार तो जीवन लैके तुरिया है वह केवल शब्दा ते नहीं जीना चाहता इन्हां शब्दां नाल भी मानदा जा चुका। फतेह बुलाओ वाहिगुरु जी का खालसा वाहिगुरु जी की फतेह।